ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂ ਸੋ ਕਰ ਲਓ ਸਬਸਕ੍ਰਾਈਬ। ਪਿੰਡ ਜਨੌਦਾਂ ਦੇ ਰਹਿਣ ਵਾਲੇ ਪਰਵਿੰਦਰ ਸਿੰਘ ਨੇ ਪਟਿਆਲਾ 'ਚ ਇੱਕ ਪ੍ਰੈਸ ਵਾਰਤਾ ਕਰਕੇ ਪੰਜਾਬ ਪੁਲਿਸ ਦੇ SHO ਅਤੇ ਸਾਥੀ AIA ਤੇ ਇਲਜ਼ਾਮ ਲਗਾਇਆ ਹੈ ਕਿ 2009 'ਚ ਇੱਕ ਕੇਸ ਦੇ ਸਿਲਸਿਲੇ 'ਚ ਜਦੋਂ ਉਹ ਅਤੇ ਉਸਦਾ ਭਰਾ ਗੁਰਜੰਟ ਸਿੰਘ ਤਫਦੀਸ਼ ਜੁਆਇਨ ਕਰਨ ਦੇ ਲਈ ਥਾਣੇ 'ਚ ਪਹੁੰਚਿਆ ਤਾਂ ਪੁਲਿਸ ਵੱਲੋਂ ਉਹਨਾਂ ਤੋਂ 10 ਕਰੋੜ ਦੀ ਰਿਸ਼ਵਤ ਦੀ ਮੰਗ ਕੀਤੀ ਗਈ। ਇਹ ਰਕਮ ਨਾ ਦੇਣ ਤੇ ਪਰਵਿੰਦਰ ਸਿੰਘ ਨੇ ਦੱਸਿਆ ਕਿ SHO ਦੇ ਇਸ਼ਾਰੇ ਤੇ ਉਸਦੇ ਪਿੱਛੇ ਖੜੇ AS ਜਗਰਾਮ ਨੇ ਉਸਦੇ ਇੱਕ ਜ਼ੋਰਦਾਰ ਥੱਪੜ ਮਾਰ ਦਿੱਤਾ ਅਤੇ ਇਸਦੇ ਬਾਅਦ ਵੀ ਇਹਨਾਂ ਨੂੰ ਦਇਆ ਨਾ ਆਈ ਅਤੇ ਪੁਲਿਸ ਥਾਣੇ 'ਚ ਇਹਨਾਂ ਨੇ ਕੱਪੜੇ ਉਤਾਰ ਕੇ ਕੁੱਟਿਆ ਗਿਆ। ਜਦੋਂ ਇਹਨਾਂ ਨੇ ਆਪਣਾ ਮੈਡੀਕਲ ਕਰਵਾਇਆ ਤਾਂ ਚੰਡੀਗੜ੍ਹ ਦੇ ਹਸਪਤਾਲ ਤੋਂ ਰਿਪੋਰਟ ਆਈ ਤੇ ਪਰਵਿੰਦਰ ਸਿੰਘ ਆਪਣੇ ਸੁਣਨ ਦੀ ਸ਼ਕਤੀ ਗਵਾ ਬੈਠਾ, ਜਿਸ ਦੇ ਬਾਅਦ ਉਹਨਾਂ ਨੇ ਕੋਰਟ 'ਚ ਇਹ ਕੇਸ ਲਗਾਇਆ ਅਤੇ ਇਸ ਦੇ ਇਲਾਵਾ ਹੋਰ ਵੀ ਕਈ ਇਲਜ਼ਾਮ ਪੁਲਿਸ ਮੁਲਾਜ਼ਮਾਂ ਤੇ ਲਗਾਏ ਗਏ। ਸਾਡੇ ਤੋਂ 1 ਲੱਖ ਰੁਪਏ ਦੀ ਮੰਗ ਕਰੀ ਗਈ। ਏਐਸਆਈ ਜਗਰਾਮ ਨੇ ਕਿਹਾ ਕਿ SHO ਨੂੰ 1 ਲੱਖ ਰੁਪਏ ਦੇ ਦਿਓ ਤਾਂ ਤਫਤੀਸ਼ ਜੁਆਇਨ ਕਰਾਵਾਂਗੇ। ਅਸੀਂ ਕਿਹਾ ਕਿ ਅਸੀਂ 1 ਲੱਖ ਰੁਪਏ ਤੁਹਾਨੂੰ ਕਿੱਥੋਂ ਦੇ ਦਈਏ, ਸਾਡੇ 'ਚ ਗੁੰਜਾਇਸ਼ ਨਹੀਂ, ਸਾਡੇ 'ਚ ਝੂਠਾ ਪਰਚਾ ਹੈ। ਤਾਂ ਸਾਨੂੰ ਕਹਿੰਦੇ ਬਹਿ ਜਾਓ, ਕੋਈ ਗੱਲ ਨਹੀਂ। ਨਰਿੰਦਰ ਸਿੰਘ ਬੱਲ ਸਾਨੂੰ ਕਹਿੰਦਾ ਕਿ 1 ਲੱਖ ਰੁਪਇਆ ਤੁਹਾਨੂੰ ਦੇਣਾ, ਕਿ ਤੁਹਾਨੂੰ ਫਿਰ ਪੁਲਿਸ ਦਾ ਪਤਾ ਹੈ ਕਿ ਪੁਲਿਸ ਕੀ ਕਰਦੀ ਹੁੰਦੀ ਆ। ਮੈਂ ਕਿਹਾ ਜੀ ਸਾਡੇ 'ਚ ਤਾਂ ਗੁੰਜਾਇਸ਼ ਹੀ ਨਹੀਂ ਹੈਗੀ। ਤਾਂ ਪਿੱਛੇ ਉਹਨੇ ਨਰਿੰਦਰ ਸਿੰਘ ਬੱਲ ਨੇ ਕੋਈ ਇਸ਼ਾਰਾ ਕਰਿਆ ਤਾਂ ਮੇਰੇ ਸੱਜੇ ਕੰਨ 'ਤੇ ਜੀ ਥੱਪੜ ਮਾਰਿਆ, ਮੇਰਾ ਕੋਰਨਰ ਦਰਦ ਹੋਣ ਲੱਗ ਗਿਆ। ਕਿਹਨੇ ਥੱਪੜ ਮਾਰਿਆ? IOC ਜਿਹੜਾ ਪਿੱਛੇ ਜਗਰਾਮ ਖੜਾ ਸੀ, ਬੱਲ ਨੇ ਕੋਈ ਇਸ਼ਾਰਾ ਕਰਿਆ ਜੀ ਵਰਿੰਦਰ ਬੱਲ ਨੇ, ਤਾਂ IO ਨੇ ਮੇਰੇ ਥੱਪੜ ਮਾਰਿਆ ਸੱਜੇ ਕੰਨ 'ਤੇ। ਠੀਕ ਹੈ। ਤਾਂ ਮੇਰੇ ਕੰਨ 'ਚ ਦਰਦ ਹੋਣ ਲੱਗ ਗਿਆ, ਮੈਂ ਰੋਣ ਲੱਗ ਗਿਆ। ਤਾਂ SHO ਕਹਿੰਦਾ ਬੱਲ ਕਿ ਸਾਲਾ ਨਾਟਕ ਕਰਦਾ, ਇਹਦੇ ਕੱਪੜੇ ਕੱਢੋ। ਕੱਪੜੇ ਕਢਾ ਕੇ ਜੀ ਮੈਨੂੰ SHO ਨੇ ਬਹੁਤ ਡੰਡਿਆਂ ਨਾਲ ਕੁੱਟੇ, ਮੇਰੇ ਭਰਾ ਦੇ ਵੀ ਥੱਪੜ ਮੁੱਕੇ ਮਾਰੇ। ਸਾਨੂੰ ਸ਼ਾਮ ਨੂੰ 6 ਵਜੇ ਇਹਨਾਂ ਨੇ ਤਫਤੀਸ਼ ਜੁਆਇਨ ਕਰਾ ਕੇ ਘਰ ਨੂੰ ਭੇਜ ਦਿੱਤਾ ਜੀ। ਠੀਕ ਹੈ। ਅਗਲੇ ਦਿਨ ਅਸੀਂ ਕੋਰਟ ਦੇ ਆਰਡਰ ਹੋਏ ਸੀ ਤਫਤੀਸ਼ ਜੁਆਇਨ ਕਰਨ ਲਈ, ਤਾਂ ਅਸੀਂ ਮਾਣਯੋਗ ਜੱਜ ਸਾਹਿਬ ਨਾਭਾ ਦੇ ਪੇਸ਼ ਹੋਏ ਸਾਡੇ ਵਕੀਲ ਰਾਹੀਂ। ਅਸੀਂ ਉਹਨਾਂ ਨੂੰ ਸਾਰੀ ਗੱਲਬਾਤ ਦੱਸੀ ਕਿ ਸਾਡੇ ਨਾਲ ਆਹ ਕੁਛ ਕਰਿਆ, ਸਾਡੇ ਨਾਲ ਕੁੱਟਮਾਰ ਹੋਈ ਆ, ਪੈਸੇ ਮੰਗਦੇ ਸੀ, ਤਾਂ ਉਹਨਾਂ ਨੇ ਸਾਨੂੰ ਮੈਡੀਕਲ ਕਰਾਉਣ ਲਈ ਆਰਡਰ ਕਰਤਾ ਜੀ। PGI ਗਿਆ ਜੀ, PGI ਵਾਲੇ ਕਹਿੰਦੇ ਕਿ ਤੇਰੇ ਜਿਹੜੀ ਕਰਨ ਦੀ ਸੁਣਵਾਈ ਆ ਉਹ ਪਰਮਾਨੈਂਟ, ਤੈਨੂੰ ਲੌਸ ਹੋ ਗਿਆ, ਮਤਲਬ ਜ਼ਿੰਦਗੀ ਭਰ ਸੁਣਨ ਦੀ ਸ਼ਕਤੀ ਤੁਹਾਡੀ ਘੱਟ ਗਈ ਜੀ। ਹਾਂ, ਪਰਮਾਨੈਂਟ ਉਹਦੇ 'ਚ ਘੱਟ ਗਈ। ਠੀਕ ਹੈ। ਉਦੋਂ ਮੈਂ ਸਾਰੀ ਜੀ ਜਿਹੜੀ ਮੇਰੀ ਮੈਡੀਕਲ ਰਿਪੋਰਟ ਨਾਲ ਲਾ ਕੇ SSP ਨੂੰ, IG ਨੂੰ, DGP ਨੂੰ, ਸਾਰੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮੈਨੇ ਉਹਦੀ ਇਨਕੁਆਇਰੀਆਂ ਪਾਈਆਂ ਕਿ ਮੇਰੇ ਨਾਲ ਧੱਕਾ ਹੋਇਆ ਜੀ। ਉਹਦੇ ਵਿੱਚ ਜੀ ਮੇਰੇ ਨਾਲ ਮੇਰੀ ਕੋਈ ਸੁਣਵਾਈ ਨਹੀਂ ਹੋਈ। ਜੇ ਕਿਸੇ DSP ਲੈ ਜਾਂਦਾ ਸੀ ਉਹ ਕਹਿੰਦੇ ਸੀ ਕੋਈ ਗੱਲ ਨਹੀਂ, ਰਾਜੀਨਾਮਾ ਕਰ ਲਾ, ਮੇਰੇ ਤੋਂ ਖਾਲੀ ਕੇਸ 'ਤੇ ਸਾਈਨ ਕਰਾ ਕੇ ਵਾਪਸ ਮੋੜ ਦਿੰਦੇ ਸੀ। ਅਤੇ ਬਾਅਦ ਦੇ ਵਿੱਚ ਜੀ ਮੈਂ ਮਾਣਯੋਗ ਨਾਭੇ ਕੋਰਟ ਦੇ ਵਿੱਚ ਉਹ ਕੇਸ ਦੇ ਵਿੱਚ ਇਸਤਕਾਸਾ ਪਾਇਆ ਜੀ। ਇਸਤਕਾਸੇ ਦੇ ਵਿੱਚ ਮਾਣਯੋਗ ਰਾਮਪਾਲ ਜੱਜ ਸਾਹਿਬ ਨੇ ਇਹਨਾਂ ਦੇ 300 ਚਾਰਜ ਲਾਤਾ। ਕਿਸਦੇ ਲਾਤਾ ਜੀ? ਗੁਰਿੰਦਰ ਸਿੰਘ ਬੱਲ ਅਤੇ ਜੱਗਾ ਰਾਮ ਦੀ, ਦੋਨਾਂ ਦੇ। ਹਾਂਜੀ, ਦੋਨਾਂ ਦੇ 300 ਚਾਰਜ ਲੱਗ ਗਿਆ। ਜਦੋਂ ਟ੍ਰਾਇਲ ਚੱਲ ਰਿਹਾ ਸੀ ਉਸ ਦੌਰਾਨ ਸਾਡੇ 'ਤੇ ਪ੍ਰੈਸ਼ਰ ਪਾਉਂਦੇ ਸੀ, ਔਰ ਤਫਤੀਸ਼ੀ ਅਫਸਰ ਜੱਗਾ ਰਾਮ 'ਤੇ ਪ੍ਰੈਸ਼ਰ ਪਾਉਂਦੇ ਸੀ ਵੀ ਸਾਡੇ ਹੱਕ 'ਚ ਗਵਾਹੀ ਦਿੱਤੀ ਜਾਵੇ ਅਤੇ ਜਿਹੜਾ ਸਾਡਾ ਕੇਸ ਖਤਮ ਕੀਤਾ ਜਾਵੇ, ਜੋ ਕਿ ਕਾਨੂੰਨ ਮੁਤਾਬਕ ਕੋਈ ਵੀ ਤਫਤੀਸ਼ੀ ਅਫਸਰ ਹੈ, ਕੋਈ ਪੁਲਿਸ ਮੁਲਾਜ਼ਮ ਹੈ, ਉਹ ਕਾਨੂੰਨ ਤੋਂ ਬਾਹਰ ਜਾ ਕੇ ਕਿਸੇ ਦੀ ਇਸ ਤਰ੍ਹਾਂ ਹੈਲਪ ਨਹੀਂ ਕਰ ਸਕਦਾ, ਜਿਸ ਦੀ ਵਜ੍ਹਾ ਕਰਕੇ ਇਹਨਾਂ ਨੇ ਸਾਡੇ 'ਤੇ ਇਸਤਗਾਸਾ ਕੋਰਟ 'ਚ ਪਾਤਾ ਸੀਗਾ ਅਤੇ ਉਹ ਇਸਤਗਾਸਾ ਚੱਲ ਰਿਹਾ। ਇਹ ਜਾਣ ਬੁੱਝ ਕੇ ਸਾਡੇ 'ਤੇ ਗਲਤ ਐਲੀਗੇਸ਼ਨ ਲਾ ਰਹੇ ਨੇ, ਬਿਲਕੁਲ ਝੂਠਾ। ਇਹਨਾਂ ਨੇ ਝੂਠੀ ਕੰਪਲੇਂਟ ਪਾਈ ਹੈ, ਕਿਸੇ ਤਰ੍ਹਾਂ ਦੀ ਨਾ ਕੋਈ ਪੈਸੇ ਦੀ ਡਿਮਾਂਡ ਹੋਈ ਹੈ, ਨਾ ਹੀ ਕਿਸੇ ਤਰ੍ਹਾਂ ਦੀ ਇਹਨਾਂ ਨਾਲ ਮਾਰਕੁੱਟ ਹੋਈ ਹੈ। ਇਹਨਾਂ ਦੇ ਖਿਲਾਫ਼ ਪਹਿਲਾਂ ਵੀ ਕੇਸ ਰਜਿਸਟਰਡ ਨੇ, ਕਿਉਂਕਿ ਇਹ ਕ੍ਰਿਮੀਨਲ ਸੋਚ ਦੇ ਬੰਦੇ ਨੇ, ਇਹ ਜਾਣ ਬੁੱਝ ਕੇ ਇਹੋ ਜਿਹੀਆਂ ਗੱਲਾਂ ਬਣਾ ਕੇ, ਝੂਠੀਆਂ ਬਣਾ ਕੇ ਸਾਡੇ 'ਤੇ ਗਲਤ ਐਲੀਗੇਸ਼ਨ ਲਾ ਰਹੇ। ਮੈਂ ਪ੍ਰਸ਼ਾਸਨ ਤੋਂ ਜੀ ਇਹ ਮੰਗ ਕਰਦਾ ਕਿ ਇਹਦੇ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਮੈਨੂੰ ਧਮਕੀ ਦਿੰਦਾ, ਪਹਿਲਾਂ ਵੀ ਮੇਰੇ 'ਤੇ ਝੂਠੇ ਪਰਚੇ ਵੀ ਕਰਾਏ ਨੇ, ਮੇਰੇ 'ਤੇ ਗੱਡੀ ਵੀ ਚੜਵਾਈ ਆ, ਮੈਨੂੰ ਅੱਗੇ ਵੀ ਮੇਰੇ ਪਰਿਵਾਰ ਨੂੰ ਇਹ ਤੋਂ ਖਤਰਾ ਜੀ। ਇਹ SHO ਜੱਗਾ ਰਾਮ ਆ ਜੀ, ਇੱਕ ਜੁਗਰਿੰਦਰ ਸਿੰਘ SHO ਬੱਲ ਆ ਜੀ, ਜਿਹੜਾ ਇਹ ਸਾਡੇ 'ਤੇ ਮਤਲਬ ਪੂਰਾ ਸਾਡੇ ਪਰਿਵਾਰ ਨੂੰ ਧਮਕੀ ਦਿੰਦਾ ਆ, ਸਾਨੂੰ ਪੂਰਾ ਖਤਰਾ ਜੀ। ਜੇ ਕੋਈ ਵੀ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਇਹ ਗੁਰਿੰਦਰ ਸਿੰਘ ਬੱਲ ਅਤੇ ਪੰਜਾਬ ਪੁਲਿਸ ਜ਼ਿੰਮੇਵਾਰ ਹੋਊਗੀ। ਇਸ ਸੰਬੰਧੀ ਜਦੋਂ SHO ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਹ ਸਭ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ, ਅਜਿਹਾ ਕੁਝ ਨਹੀਂ ਹੋਇਆ ਸੀ। ਇਹਨਾਂ ਲੋਕਾਂ ਵੱਲੋਂ ਪੁਲਿਸ ਤੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦੇ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੇ ਹਨ ਅਤੇ ਇਹਨਾਂ ਦੇ ਪਿੰਡ 'ਚ ਪਤਾ ਕੀਤਾ ਜਾਵੇ ਤਾਂ ਸਾਫ਼ ਹੋਵੇਗਾ ਕਿ ਇਹ ਝਗੜਾਲੂ ਕਿਸਮ ਦੇ ਲੋਕ ਹਨ। ਅਤੇ ਇਸ ਦੇ ਨਾਲ ਜਦੋਂ ਪੱਤਰਕਾਰਾਂ ਨੇ IG ਪਟਿਆਲਾ ਨਾਲ ਰਾਬਤਾ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਮਾਮਲਾ ਉਹਨਾਂ ਦੇ ਧਿਆਨ 'ਚ ਨਹੀਂ ਹੈ, ਪਰ ਜੋ ਵੀ ਹੋਵੇਗਾ ਪੂਰੀ ਜਾਂਚ ਦੇ ਬਾਅਦ ਇਨਸਾਫ਼ ਕੀਤਾ ਜਾਵੇਗਾ। ਜੇਕਰ ਸੱਚ ਬੋਲਣਾ, ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV, ਸੱਚ ਅਤੇ ਹੱਕ ਦੀ ਆਵਾਜ਼।